ਸ਼ਹੀਦ ਭਗਤ ਸਿੰਘ ਨਗਰ ਦੇ SSP ਡਾਕਟਰ ਮਹਿਤਾਬ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਸ਼ਾਮ ਸੁੰਦਰ ਸ਼ਰਮਾ ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਬਲਾਚੌਰ ਦੀ ਯੋਗ ਅਗਵਾਈ ਹੇਠ ਪਾਲਣਾ ਕਰਦੇ ਹੋਏ ਸਬ ਇੰਸਪੈਕਟਰ ਸਤਨਾਮ ਸਿੰਘ ਮੁੱਖ ਅਫਸਰ ਥਾਣਾ ਸਿਟੀ ਬਲਾਚੌਰ ਅਤੇ ASI ਨਿਰਮਲ ਕੁਮਾਰ ਨੇ ਸਮੇਤ ਪੁਲਿਸ ਟੀਮ ਨੇ ਸ਼੍ਰੀ ਪ੍ਰਾਚੀਨ 11 ਰੁਦਰਾ ਸ਼ਿਵ ਮੰਦਰ ਗੜ੍ਹੀ ਕਾਨਗੋ ਵਿਖੇ ਹੋਈ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇੱਕ ਚੋਰ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਥਾਣਾ ਸਿਟੀ ਬਲਾਚੌਰ ਦੀ ਪੁਲਿਸ ਨੇ ਮੰਦਰ ਵਿੱਚ ਚੋਰੀ ਕਰਨ ਵਾਲੇ ਚੋਰ ਨੂੰ ਕੀਤਾ ਹੈ ਕਾਬੂ। ਪੁਲਿਸ ਨੇ ਮਸਤੇਦੀ ਨਾਲ ਐਕਸ਼ਨ ਕਰਦੇ ਹੋਏ ਮੁਲਜ਼ਮ ਦੀਪਕ ਕੁਮਾਰ ਉਰਫ ਦੀਪ ਉਰਫ ਕੋਨਾ ਪੁੱਤਰ ਰਾਮ ਅਵਤਾਰ ਵਾਸੀ ਲੜੋਆ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਗ੍ਰਿਫਤਾਰ ਕਰਨ ਉਪਰੰਤ ਉਹਨਾਂ ਵੱਲੋਂ ਚੋਰੀ ਦੀ ਰਕਮ 1500 ਰੁਪਏ ਅਤੇ ਇੱਕ ਚੋਰੀ ਦਾ ਮੋਟਰਸਾਈਕਲ ਮਾਰਕਾ ਅਪਾਚੀ ਰੰਗ ਲਾਲ ਕਾਲਾ ਨੂੰ ਬਰਾਮਦ ਕੀਤਾ ਗਿਆ ਹੈ। ਸਬ ਇੰਸਪੈਕਟਰ ਸਤਨਾਮ ਸਿੰਘ ਮੁਤਾਬਕ ਉਕਤ ਮੁਲਜ਼ਮ ਦੇ ਖਿਲਾਫ਼ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿੱਚ 12 ਮੁਕੱਦਮੇ ਦਰਜ ਹਨ। ਆਓ ਦੇਖਦੇ ਹਾਂ ਪੂਰੀ ਰਿਪੋਰਟ। ਸਾਡੇ ਜ਼ਿਲ੍ਹਾ ਮੁਖੀ ਮਾਨਯੋਗ ਡਾਕਟਰ ਮਹਿਤਾਬ ਸਿੰਘ ਜੀ ਦੇ ਦਿਸ਼ਾ ਨਿਰਦੇਸ਼ ਦੇ ਉੱਤੇ ਹਰ ਰੋਜ਼ ਸਾਡੇ ਡਿਸਟ੍ਰਿਕਟ ਦੇ ਵਿੱਚ ਮਾੜੇ ਅੰਸਰਾਂ ਦੀ ਭਾਲ ਲਈ ਅਤੇ ਇਹਨਾਂ 'ਤੇ ਨਿਗਾਹ ਬਣਾਈ ਰੱਖਣ ਲਈ ਜਿਹੜਾ ਉਹ ਨਾਕਾਬੰਦੀ ਅਤੇ ਪੈਟਰੋਲਿੰਗ ਕਰਾਈ ਜਾਂਦੀ ਆ ਅਤੇ ਜਿਸ ਦੇ ਦੌਰਾਨ ਸਾਡੇ ਕੱਲ੍ਹ ASI ਨਿਰਮਲ ਕੁਮਾਰ ਥਾਣਾ ਤੋਂ ਪੁਲਿਸ ਪਾਰਟੀ ਸਮੇਤ ਆਪਣੇ ਭੁਲੇਖਾ ਚੌਂਕ ਸਾਈਡ ਨਾਕਾਬੰਦੀ ਅਤੇ ਪੈਟਰੋਲਿੰਗ 'ਤੇ ਮੌਜੂਦ ਸੀ ਜਿੱਥੇ ਇਹਨਾਂ ਨੂੰ ਆਪਣੇ ਸ਼ਿਵ ਮੰਦਰ ਗੜ੍ਹੀ ਕਾਨੂੰਗੋ ਦੇ ਪ੍ਰਧਾਨ ਮਿਲੇ ਇਹਨਾਂ ਨੂੰ ਆਪਣੇ ਨਰੇਸ਼ ਕੁਮਾਰ ਜੀ ਜਿਨ੍ਹਾਂ ਨੇ ਮਿਲ ਕੇ ਆਪਣੇ ਕੋਲ ਮਿਤੀ 9/10/24 ਦੀ ਰਾਤ ਨੂੰ ਉਹਨਾਂ ਦੇ ਸ਼ਿਵ ਮੰਦਰ ਵਿੱਚ ਹੋਈ ਚੋਰੀ ਦੀ ਘਟਨਾ ਬਾਰੇ ਜਾਣਕਾਰੀ ਦਿੱਤੀ ਅਤੇ ਜਿਸ ਦੇ ਸੰਬੰਧ ਵਿੱਚ ਉਹਨਾਂ ਨੇ ਕੋਈ ਫੁਟੇਜ ਜਿਹੜੀ ਆ ਉਸ ਰਾਤ ਨੂੰ ਵਾਰਦਾਤ ਦੀ ਰਿਲੀਜ਼ ਹੋਈ ਸੀ ਜਾਂ ਤਿਆਰ ਹੋਈ ਸੀ ਉਸ ਵਿੱਚ ਜਿਹੜਾ ਬੰਦਾ ਸ਼ਨਾਖਤ ਹੋਣ ਤੋਂ ਬਾਅਦ ਉਸ ਬਾਰੇ ਸੂਚਨਾ ਦਿੱਤੀ ਆ ਕਿ ਇਹ ਬੰਦਾ ਜਿਹੜਾ ਆ ਸ਼ਨਾਖਤ ਸਰਟੀਫਾਈਡ ਅਸੀਂ ਕਰ ਲਿਆ ਆ ਕਿ ਇਹ ਬੰਦਾ ਦਾ ਨਾਂ ਹੈਗਾ ਦੀਪਕ ਕੁਮਾਰ ਉਰਫ ਦੀਪਾ ਉਰਫ ਨੋਨਾ ਘੋਨਾ ਪੁੱਤਰ ਰਾਮ ਅਵਤਾਰ ਵਾਸੀ ਲਗੜੋਆ ਦਾ ਰਹਿਣ ਵਾਲਾ ਹੈ। ਇਹ ਸਰਟੀਫਾਈਡ ਹੋਇਆ ਸੀ ਅਤੇ ਜਿਹੜਾ ਕਿ ਲਗੜੋਆ ਦੇ ਤੋਂ ਹੁਣ ਇਸ ਵੇਲੇ ਬਲਾਚੌਰ ਦੇ ਏਰੀਏ ਵਿੱਚ ਘੁੰਮ ਫਿਰ ਰਿਹਾ ਆ ਅਤੇ ਇਹਦੇ ਕੋਲ ਹੁਣ ਇਸ ਵੇਲੇ ਅਪਾਚੀ ਜਿਹੜਾ ਉਹ ਮੋਟਰਸਾਈਕਲ ਹੈ ਨਵਾਂ ਵਿਦਆਊਟ ਨੰਬਰ ਲੈ ਕੇ ਘੁੰਮ ਫਿਰ ਰਿਹਾ ਅਤੇ ਜੇ ਇਹਨੂੰ ਇੱਥੇ ਨਿਗਾਹ ਵਧਾਈ ਜਾਵੇ ਜਾਂ ਇਹਦੀ ਸਭ ਚੌਕਸੀ ਨਾਲ ਇਹਦੇ ਪਿੱਛਾ ਕੀਤਾ ਜਾਵੇ ਤਾਂ ਕਾਬੂ ਆ ਸਕਦਾ ਹੈ। ਅਤੇ ਜਿਸ ਦੇ ਸੰਬੰਧ ਵਿੱਚ ਉਹ ਵਾਰਦਾਤ ਜਿਹੜੀ ਹੋਈ ਸੀ ਇਹਨਾਂ ਦੀ ਚੋਰੀ ਦੀ ਘਟਨਾ ਬਾਰੇ ਵੀ ਜੋ ਬਿਆਨ ਦਰਜ ਕਰਾਏ ਜਿਸ ਦੇ ਆਧਾਰ ਦੇ ਉੱਤੇ ਅਸੀਂ FIR ਨੰਬਰ 45/27/24 ਜਿਹੜੀ ਆ ਉਹ ਅੰਡਰ ਸੈਕਸ਼ਨ 305, 331, 4 ਅਤੇ 317 ਦੇ ਤਹਿਤ ਦਰਜ ਰਜਿਸਟਰ ਕੀਤੀ ਅਤੇ ਇਹਦੀ ਤੁਰੰਤ ਨਾਕਾਬੰਦੀ ਕਰਕੇ ਉੱਥੇ ਇਸ ਨੂੰ ਇਸੇ ਨਿਰਮਲ ਕੁਮਾਰ ਦੀ ਪੁਲਿਸ ਪਾਰਟੀ ਵੱਲੋਂ ਕਾਬੂ ਕਰਕੇ ਉੱਥੋਂ ਸਮੇਤ ਅਪਾਚੀ ਮੋਟਰਸਾਈਕਲ ਜਿਹੜਾ ਇਹਨੂੰ ਕਾਬੂ ਕੀਤਾ। ਇਸਦੀ ਅਸੀਂ ਮੁਕੱਦਮਾ ਦਰਜ ਕਰਨ ਤੋਂ ਬਾਅਦ ਜਿਹੜੀ ਆ ਦੌਰਾਨੀ ਇਨਵੈਸਟੀਗੇਸ਼ਨ ਅਸੀਂ ਸਾਰੇ ਡਿਸਟ੍ਰਿਕਟ ਤੋਂ ਅਤੇ ਹੋਰ ਇਹਦੀ ਜਾਣਕਾਰੀ ਲਈ ਹੈ ਜਿਸ ਦੇ ਖਿਲਾਫ਼ ਕੁੱਲ
12 ਮੁਕੱਦਮੇ ਹੋਰ ਇਸੇ ਤਰ੍ਹਾਂ ਹੀ ਸਨੈਚਿੰਗ ਦੇ, ਐਂਡੀ ਦੇ ਔਰ ਚੋਰੀਆਂ ਦੀਆਂ ਵਾਰਦਾਤਾਂ ਦੇ ਉਹ ਦਰਜ ਨੇ। ਸਰ ਇਹ ਜਿਹੜਾ ਬੰਦਾ ਹੈਗਾ ਪਹਿਲਾਂ ਵੀ ਜਿਹਦੇ ਪਿੱਛੇ ਚੋਰੀਆਂ ਹੋਈਆਂ ਨੇ ਕੋਲਾ ਚੋਰੀ ਵਾਲੇ ਦੁਆਲੇ ਦੇ ਵਿੱਚ, ਉਹਨਾਂ ਵਿੱਚ ਵੀ ਸ਼ੰਕਿਤ ਹੈਗਾ ਜੀ ਬੰਦਾ? ਦੇਖੋ ਜੀ, ਇਹ ਤਾਂ ਹੁਣ ਹੋਰ ਪੁੱਛਗਿੱਛ ਕਰ ਰਹੇ ਹਾਂ, ਜਿਹਦਾ ਅਸੀਂ ਪੇਸ਼ ਕਰਕੇ ਇਹਨੂੰ ਅਸੀਂ ਰਿਮਾਂਡ ਲਿਆ ਆ, ਅਤੇ ਰਿਮਾਂਡ ਦੇ ਦੌਰਾਨ ਹੋਰ ਵੀ ਜੋ ਤੱਥ ਸਾਹਮਣੇ ਆਉਣਗੇ ਉਹ ਅਸੀਂ ਸਫ਼ਾ ਮਿਸਲ 'ਤੇ ਜ਼ਰੂਰ ਲੈ ਕੇ ਆਵਾਂਗੇ। ਇਹਦਾ ਜਿਹੜਾ ਵਾਰਦਾਤ ਸਮੇਂ ਫੁਟੇਜ ਦੇ ਵਿੱਚ ਆਇਆ ਸੀਗਾ, ਪਲਸਰ ਮੋਟਰਸਾਈਕਲ ਆ ਉਹਦੇ ਸੰਬੰਧੀ, ਇਹ ਜਿਹੜੀ ਗੜੀ ਚੋਰੀ ਦੀ ਵਾਰਦਾਤ ਕਰਕੇ ਗਿਆ ਸੀ ਮੰਦਰ 'ਚ, ਉਸ ਤੋਂ ਬਾਅਦ ਇਹਦੇ ਖਿਲਾਫ਼ ਇੱਕ ਹੋਰ FIR ਥਾਣਾ ਸਦਰ ਨਵਾਂਸ਼ਹਿਰ ਵਿੱਚ ਦਰਜ ਹੋਈ ਆ, ਜਿਹਦੇ ਵਿੱਚ ਉਹ ਮੋਟਰਸਾਈਕਲ ਆਲਰੇਡੀ ਪਹਿਲਾਂ ਹੀ ਜਿਹੜਾ ਉਹ ਸਦਰ ਨਵਾਂਸ਼ਹਿਰ ਨੇ ਕਾਬੂ ਕਰ ਰਿਹਾ ਅਤੇ ਉੱਥੇ ਬੰਦ ਕੀਤਾ ਹੋਇਆ। ਅਤੇ ਜਿਹੜਾ ਇਹ ਮੋਟਰਸਾਈਕਲ ਅਪਾਚੀ ਤੋਂ ਅਸੀਂ ਹੁਣ ਬਰਾਮਦ ਕੀਤਾ ਹੈ, ਇਹਦੇ ਬਾਰੇ ਵੀ ਅਸੀਂ ਖੁਲਾਸਾ ਕੀਤਾ, ਆਪਣੇ ਪੂਰੀ ਛਾਣਬਣੀ ਕੀਤੀ ਹੈ। ਇਹ ਬਕਾਪੁਰ ਧਮਾਈ ਦੇ ਕੋਲ ਠੇਕਾ ਸ਼ਰਾਬ ਦਾ ਆ, ਉੱਥੋਂ ਇਹਨੇ ਕੁਛ ਦਿਨ ਪਹਿਲਾਂ ਜਿਹੜਾ ਆ ਉਹ ਹਾਤੇ ਤੋਂ ਚੋਰੀ ਕੀਤਾ ਸੀ। ਉਹਨਾਂ ਦੇ ਮਾਲਕ ਜਿਹੜੇ ਆ ਉਹ ਵੀ ਅਸੀਂ ਟਰੇਸ ਕਰ ਲਏ, ਪਨਾਮ ਦੇ ਰਹਿਣ ਵਾਲਾ ਮਾਲਕ ਇਹਦਾ, ਉਹਦੇ ਨਾਲ ਸਾਡਾ ਸਰਵਣ ਰਾਮ ਨਾਲ ਸੰਪਰਕ ਹੋ ਗਿਆ ਜਿਹੜਾ ਅਸਲ ਓਨਰ ਹੈਗਾ ਆ। ਅਤੇ ਇਹਦੇ ਬਾਰੇ ਅਸੀਂ ਗੜਸ਼ੰਘ ਥਾਣਾ ਤੋਂ ਵੀ ਉਹਦੀ ਇਨਫੋਰਮੇਸ਼ਨ, ਉਹਨਾਂ ਨੇ ਕਿਹਾ ਅਸੀਂ ਇਨਫੋਰਮੇਸ਼ਨ ਲਈ ਸੀ, ਉਸ ਸੰਬੰਧੀ ਵੀ ਅਸੀਂ ਰਿਕਾਰਡ ਕਲੈਕਟ ਕਰ ਰਹੇ ਹਾਂ। ਉਹ ਵੀ ਮੋਟਰਸਾਈਕਲ ਅਸੀਂ ਜਿਹੜਾ ਅਸਲ ਹੈ ਉਹ ਵੀ ਚੋਰੀ ਹੋਇਆ ਤੋਂ ਬਰਾਮਦ ਕੀਤਾ। ਸ਼ਹਿਰ ਦੇ ਵਿੱਚ ਜਿਹੜੀਆਂ ਪਿਛਲੇ ਦਿਨਾਂ 'ਚ ਚੋਰੀ ਹੋਈਆਂ, ਹਾਂ ਅਤੇ ਕੁਛ ਇੱਕ ਦੋ ਫੁਟੇਜ ਜਿਹੜੀਆਂ ਪਿੱਛੇ ਜਿਹਾ ਜਾਰੀ ਹੋਈਆਂ ਆਪਣੇ ਸਾਡੇ ਵੀ ਆਪਦੇ ਮਤਲਬ ਪ੍ਰੈਸ ਰਾਹੀਂ ਜਿਹੜੀਆਂ ਸਾਨੂੰ ਮਿਲੀਆਂ ਆ, ਉਹਦੇ ਬਾਰੇ ਵੀ ਅਸੀਂ ਜਿਹੜਾ ਦੌਰਾਨੇ ਇਨਵੈਸਟੀਗੇਸ਼ਨ ਉਹਨੂੰ ਆਪਾਂ ਕੋਸ਼ਿਸ਼ ਕਰ ਰਹੇ ਹਾਂ, ਉਹਨਾਂ ਬੰਦੀਆਂ ਨੂੰ ਬੁਲਾ ਕੇ ਇਹਦੀ ਅਸੀਂ ਸ਼ਨਾਖਤ ਕਰਾਵਾਂਗੇ। ਜੇਕਰ ਕੋਈ ਹੋਰ ਗੱਲ ਸਾਹਮਣੇ ਆਉਂਦੀ ਤਾਂ ਇਹਦੇ ਖਿਲਾਫ਼ ਕਾਰਵਾਈ ਕੀਤੀ ਜਾਊ। ਬੀੜ ਸੁਸਾਇਟੀ ਬਲਾਚੌਰ ਵੱਲੋਂ ਪਿੰਡ ਮਹਿੰਦੀਪੁਰ ਬਲਾਚੌਰ ਵਿਖੇ ਸ੍ਰੀ ਗੁਰਦੁਆਰਾ ਸਾਹਿਬ ਵਿੱਚ ਸੁਨੀਤਾ ਚੈਰੀਟੇਬਲ ਹਸਪਤਾਲ ਅਤੇ ਜੰਗਲਾਤ ਮਹਿਕਮੇ ਦੇ ਸੰਯੋਗ ਨਾਲ ਗੁਰੂ ਨਾਨਕ ਬਗੀਚੀ ਵਿੱਚ 100 ਦੇ ਕਰੀਬ ਸ਼ਾਨਦਾਰ ਫਲਦਾਰ ਅਤੇ ਆਕਸੀਜਨ ਵਾਲੇ ਬੂਟੇ ਲਗਾਏ ਗਏ। ਇਸ ਮੌਕੇ ਕਾਮਰੇਡ ਰਾਣਾ ਕਰਨ ਜੀ, ਹਰਪਾਲ ਸਿੰਘ ਜੀ, ਬੀੜ ਸੁਸਾਇਟੀ ਦੇ ਮੈਂਬਰ ਰਣਜੀਤ ਸਿੰਘ ਅਤੇ ਪੰਜਾਬ ਪੁਲਿਸ ਪਿੰਡ ਸੁੱਜੇਵਾਲ ਦੀ ਨੌਜਵਾਨ ਕਮੇਟੀ ਅਤੇ ਗੁਰਦੁਆਰਾ ਸਾਹਿਬ ਦੇ ਪਾਠੀ ਸਿੰਘ ਅਤੇ ਪੱਪੂ ਆਦਿ ਹਾਜ਼ਰ ਸਨ। ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਂਥ ਆਯੁਰਵੈਦ ਦਵਾਖਾਨਾ। ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ, ਅਧਰੰਗ, ਕਾਲਾ ਪੀਲੀਆ, ਮੋਟਾਪਾ, ਸ਼ੂਗਰ, ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ। ਫੋਨ ਕਰੋ 9863-79-499। ਨਵਾਂ ਸ਼ਹਿਰ ਦੁਬਾਬਾ ਯੂਟਿਊਬ ਚੈਨਲ ਸੰਪਰਕ 9863-79-499।